खुले महल्ले दे संबंध विच श्रोमणी गुरुद्वारा प्रबंधक कमेटी वल्लों सारे प्रबंध मुकम्मल 2 मार्च तो 8 मार्च तक दे धार्मिक प्रोग्राम अते गुरमते समागमां दी जानकारी दिंदे होए तखत श्री केसगढ़ साहिब दे हैड ग्रंथी ज्ञानी जोगिंदर सिंह तखत श्री केसगढ़ साहिब नूं सुंदर फुल दे नाल सजाया गया अते नाल ही रात दे समें दीपमाला दा अति सुंदर नज़ारा देखण नूं मिलिया। सिख पंथ दी चढ़दी कला दा प्रतीक होला महला बड़ी ही श्रद्धा ते सतिकार नाल मनाया जा रहा है, जिस विच सब तो पहला 3 मार्च तो 8 मार्च तक चलेगा होले महल्ले दी आरंभता। 2 मार्च दी रात नूं किला आनंदगढ़ साहिब विखे 5 नगारे दी चोट लगाउण तो बाद रश्मी होला मुहल्ला दी आरंभ होवेगी। उस तो बाद 3 मार्च नूं आरंभ श्री कीरतपुर साहिब विखे गुरुद्वारा पतालपुरी साहिब विखे श्री अखंड पाठ साहिब दे पाठ आरंभ कीते जाणगे, जिन्हां दे भोग 5 मार्च नूं पैणगे। 6 मार्च नूं तखत श्री केसगढ़ साहिब श्री आनंदपुर साहिब विखे आखंड पाठ साहिब आरंभ होणगे, जिन्हां दे भोग 8 मार्च नूं पैणगे। 8 मार्च नूं दुपहर 12 बजे तो बाद महल्ले दी आरंभता होवेगी, जिस विच समुच्चिया निहंग सिंह जथेबंदियां नगर कीर्तन दे रूप विच तखत श्री केसगढ़ साहिब तो आरंभ हुंदा होया माता जी तो गुरुद्वारा अगमपुर तो बाद श्री आनंदपुर साहिब दे चरण गंगा स्टेडियम विखे पहुंचण तो बाद वख वख निहंग सिंह जथेबंदियां वलों महल्ला कढ़िया जावेगा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਸਤਿਗੁਰੂ, ਜਿਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਸਤਿਗੁਰੂ ਜੀ ਨੇ ਜਿੱਥੇ ਸਾਨੂੰ ਰੂਪ ਵੱਖਰਾ ਦਿੱਤਾ, ਜਿੱਥੇ ਸਾਨੂੰ ਬੋਲੇ ਵੱਖਰੇ ਦਿੱਤੇ, ਉੱਥੇ ਸਤਿਗੁਰੂ ਨੇ ਸਾਡੇ ਝੋਲੀ ਵਿੱਚ ਚੜ੍ਹਦੀ ਕਲਾ ਦੇ ਤਿਉਹਾਰ ਵੀ ਪਾਏ, ਜਿਨ੍ਹਾਂ ਵਿੱਚੋਂ ਇੱਕ ਪਾਵਨ ਪਵਿੱਤਰ ਤਿਉਹਾਰ ਹੋਲਾ ਮਹੱਲਾ, ਜੋ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1709 ਵਿੱਚ ਸਾਨੂੰ ਸਾਡੀ ਝੋਲੀ ਵਿੱਚ ਪਾਇਆ। ਸਤਿਗੁਰੂ ਜੀ, ਇਹ ਹੋਲੇ ਮਹੱਲੇ ਦੇ ਸੰਬੰਧ ਵਿੱਚ ਕਿਲ੍ਹਾ ਹੋਲਗੜ੍ਹ ਸਾਹਿਬ ਵਿਖੇ 2 ਜਥੇਬੰਦੀਆਂ ਬਣਾਇਆ ਕਰਦੇ, ਇੱਕ ਜਥੇਬੰਦੀ ਨੂੰ ਟਿੱਬੀ 'ਤੇ ਕਾਬਜ ਕਰਿਆ ਕਰਦੇ, ਦੂਸਰੇ ਜਥੇਬੰਦੀ ਨੂੰ ਉਸ ਟਿੱਬੀ 'ਤੇ ਕਾਬਜ ਹੋਣ ਲਈ ਕਿਹਾ ਕਰਦੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਟਿੱਬੀ 'ਤੇ ਜਦੋਂ ਉਹ ਜਥਾ ਕਾਬਜ ਹੋ ਜਾਂਦਾ, ਜੋ ਜਥਾ ਕਾਬਜ ਹੋ ਜਾਂਦਾ, ਸਤਿਗੁਰੂ ਜੀ ਉਹਨਾਂ ਨੂੰ ਸਰੋਪੋ ਦੇ ਕੇ ਸਨਮਾਨ ਕਰਦੇ, ਉਹਨਾਂ ਨੂੰ ਵਡਿਆਈਆਂ ਬਖਸ਼ਦੇ, ਅਤੇ ਦੂਸਰੇ ਜਥੇ ਨੂੰ ਤਿਆਰ ਵਾਰ ਤਿਆਰ ਹੋਣ ਲਈ ਚੜ੍ਹਦੀ ਕਲਾ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਤਿਆਰੀਆਂ ਕਰਨ ਲਈ ਆਖਦੇ। ਸੰਗਤ ਜੀ, ਜਿੱਥੇ ਸੰਗਤਾਂ ਹਿੰਦੂ ਧਰਮ ਦੀ ਰਵਾਇਤ ਦੇ ਅਨੁਸਾਰ ਹੋਲੀ ਮਨਾਉਂਦੀਆਂ ਹਨ, ਰੰਗ ਬਿਰੰਗੇ ਰੰਗਾਂ ਦੇ ਨਾਲ, ਚਿੱਕੜ ਦੇ ਨਾਲ, ਗਾਲੀ ਗਲੋਚ ਦੇ ਨਾਲ ਇਹ ਤਿਉਹਾਰ ਮਨਾਉਂਦੀਆਂ ਹਨ, ਉੱਥੇ ਗੁਰੂ ਦਾ ਖਾਲਸਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਬੜੀ ਚੜ੍ਹਦੀ ਕਲਾ ਨਾਲ ਮਨਾਉਣ ਵਾਸਤੇ ਆਉਂਦਾ। ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆਉਂਦੀਆਂ ਹਨ, ਬੇਸ਼ੱਕ ਕੋਰੋਨਾ ਮਹਾਂਮਾਰੀ ਪਿੱਛੇ ਹੋਈ ਸੰਗਤਾਂ ਫਿਰ ਵੀ ਆਈਆਂ, ਪਰ ਹੁਣ ਸਰਕਾਰ ਨੇ ਵੀ ਇਸ ਗੱਲ ਨੂੰ ਸਿੱਧ ਕਰ ਦਿੱਤਾ ਵੀ ਹੁਣ ਕੋਈ ਬਿਮਾਰੀ ਨਹੀਂ। ਇਸ ਵਾਰ ਸੰਗਤ ਦਾ ਬਹੁਤ ਜ਼ਿਆਦਾ ਆਮਦ ਹੋਣ ਦਾ ਸਾਨੂੰ ਲੱਗਦਾ ਵੀ ਬਹੁਤ ਜ਼ਿਆਦਾ ਸੰਗਤ ਆਵੇਗੀ। ਹੋਲੇ ਮਹੱਲੇ ਦੀਆਂ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਤਖ਼ਤ ਸਾਹਿਬ ਦੀ ਡੈਕੋਰੇਸ਼ਨ, ਲਾਈਟਿੰਗ ਸਿਸਟਮ ਅਤੇ ਸੋਹਣੇ ਸ਼ਮਿਆਨਿਆਂ ਦੇ ਨਾਲ ਸੰਗਤਾਂ ਦੀ ਸਹੂਲਤ ਦੇ ਨਾਲ ਨੂੰ ਮੁੱਖ ਰੱਖਦੇ ਹੋਇਆਂ ਉੱਥੇ ਚੜ੍ਹਦੀ ਕਲਾ ਰਹਿਸ਼ ਦੇ ਵੀ ਪ੍ਰਬੰਧ ਕੀਤੇ ਗਏ ਹਨ। ਸੰਗਤ ਜੀ, ਔਰ ਜਿੱਥੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ, ਖਾਲਸਾ ਜੀ ਦੇ ਪ੍ਰਗਟ ਸਥਾਨ, ਸਮਝੋ ਜਦੋਂ ਅਸੀਂ ਆ ਜਾਂਦੇ ਹਾਂ, ਇਹ ਸਵਰਗਪੁਰੀ ਤੋਂ ਘੱਟ ਨਹੀਂ ਹੈ, ਉਹ ਤੋਂ ਕਿਤੇ ਵੱਧ ਹੈ। ਕਿਉਂਕਿ ਜਦੋਂ ਇੱਥੇ ਸੰਗਤ ਆਉਂਦੀ ਹੈ, ਆਮਦ ਹੁੰਦੀ ਹੈ, ਤਾਂ ਸੰਗਤ ਬੜੀ ਖੁਸ਼ ਹੋ ਕੇ ਖੁਸ਼ੀ ਨਾਲ ਝੋਲੀਆਂ ਭਰ ਕੇ ਲੈ ਕੇ ਜਾਂਦੀ ਹੈ, ਜਿਹਦੇ ਵਿੱਚ ਬੜੇ ਮਹਾਨ ਗੁਰਮਤਿ ਸਮਾਗਮ ਰੱਖੇ ਗਏ ਹਨ। ਸੋ ਅੱਜ 2 ਤਰੀਕ ਦੀ ਰਾਤ ਨੂੰ 6 ਵਜੇ ਤੋਂ ਲੈ ਕੇ ਤਕਰੀਬਨ 12 ਵਜੇ ਤੱਕ ਗੁਰਮਤਿ ਸਮਾਗਮ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਹੋ ਰਹੇ ਹਨ। ਉੱਥੇ ਹੀ ਠੀਕ 12 ਵਜੇ ਅਰਦਾਸ ਬੇਨਤੀ ਤੋਂ ਉਪਰੰਤ ਨਗਾਰਿਆਂ 'ਤੇ ਚੋਟਾਂ ਲਗਾ ਕੇ ਸਿੰਘ ਸਾਹਿਬਾਨ ਅਤਿ ਸਤਿਕਾਰਯੋਗ ਯਾਨੀ ਰਘਵੀਰ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਾਡੇ ਅਤਿ ਸਤਿਕਾਰਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਅਤੇ ਭਾਈ ਅਮਰਜੀਤ ਸਿੰਘ ਜੀ ਚਾਵਲਾ, ਜੋ ਇੱਥੇ ਦੇ ਮੈਂਬਰ ਸਾਹਿਬਾਨ ਹਨ, ਸਮੂਹ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਰਾਤ 12 ਵਜੇ ਨਗਾਰੇ 'ਤੇ ਚੋਟਾਂ ਲਗਾ ਕੇ
होले महल्ले की आरंभता होगी। सो कल 3 तरीक न गुरद्वारा पतालपुरी साहिब कीरतपुर साहिब विखे श्री पहले पड़ा दे श्री अखंड पाठ साहब आरंभ होणगे, होले महल्ले की आरंभता हो जाएगी। 3 दिन उस स्थान पर पतालपुरी साहिब धन धन बाबा गुरदित्ता जी के स्थान पर गुरद्वारा चरण कमल साहिब दीवान सजणगे, जिदे विच पंथ दे प्रसिद्ध ढाडी जथे कविशर जथे ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਰਾਗੀ ਜਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਹਾਜ਼ਰੀਆਂ ਭਰਨਗੇ। ਸੰਗਤ ਜੀ ਉਪਰੰਤ 6 ਤਰੀਕ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੀ ਆਰੰਭਤਾ ਹੋਵੇਗੀ। 5 ਤਰੀਕ ਵਾਲੇ ਦਿਨ ਕੀਰਤਪੁਰ ਸਾਹਿਬ ਸੰਪੂਰਨਤਾ ਹੋਣ ਤੋਂ ਬਾਅਦ ਭੋਗ ਪੈਣ ਤੋਂ ਉਪਰੰਤ 6 ਤਰੀਕ ਵਾਲੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਕਰੀਬਨ 10 ਵਜੇ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਹੋਲੇ ਮਹੱਲੇ ਦੀ ਆਰੰਭਤਾ ਹੋ ਜਾਵੇਗੀ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਮੈਂਬਰ ਸਾਹਿਬਾਨ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਸਮਾਗਮ ਹੋ ਰਹੇ ਹਨ, ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਜਿਨ੍ਹਾਂ ਵਿੱਚ ਬਸੰਤ ਰਾਗ ਕੀਰਤਨ ਦਰਬਾਰ ਹੋਵੇਗਾ, ਉਹਦੇ ਵਿੱਚ ਵੀ ਰਾਗੀ ਜਥੇ ਬਹੁਤ ਹੀ ਚੜ੍ਹਦੀ ਕਲਾ ਵਾਲੇ ਆ ਰਹੇ ਹਨ। ਔਰ ਇੱਕ ਅੰਮ੍ਰਿਤ ਰਸ ਕੀਰਤਨ ਦਰਬਾਰ ਹੋਵੇਗਾ, ਉਹਦੇ ਵਿੱਚ ਵੀ ਬੜੀ ਚੜ੍ਹਦੀ ਕਲਾ ਵਾਲੇ ਜਥੇ ਆ ਰਹੇ ਹਨ। ਉਸ ਤੋਂ ਉਪਰੰਤ ਕਵੀ ਦਰਬਾਰ ਕਵੀਸ਼ਰੀ ਢਾਡੀ ਜਥਿਆਂ ਵੱਲੋਂ ਇਹ ਮਹਾਨ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ ਜਾਣਗੀਆਂ। ਔਰ 8 ਤਰੀਕ ਵਾਲੇ ਦਿਨ ਜਿੱਥੇ ਇਹਨਾਂ ਸਮਾਗਮਾਂ ਦੀ ਸੰਪੂਰਨਤਾ ਹੀ ਹੋਵੇਗੀ, ਉੱਥੇ ਠੀਕ 12 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ 5 ਪਿਆਰੇ ਸਹਿਬਾਨਾਂ ਦੀ ਅਗਵਾਹੀ ਦੇ ਵਿੱਚ ਮਹੱਲਾ ਆਰੰਭ ਹੋਵੇਗਾ। ਸੰਗਤ ਜੀ ਦੇਖਣ ਵਾਲੇ ਜੋ ਗੱਲ ਹੈ ਜਿਹਦੇ ਵਿੱਚ ਸਿੰਘ ਸਾਹਿਬਾਨ ਪੰਥ ਦੇ ਪ੍ਰਸਿੱਧ ਵਿਦਵਾਨ ਹਾਜ਼ਰੀਆਂ ਭਰਦੇ ਹਨ, ਔਰ ਨਿਹੰਗ ਸਿੰਘ ਜਥੇਬੰਦੀਆਂ ਜਿੱਥੇ ਗੱਤਕੇ ਦੇ ਜੌਹਰ ਦਿਖਾਉਂਦੀਆਂ ਹਨ ਉੱਥੇ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਮਹੱਲੇ ਵਿੱਚ ਸ਼ਾਮਲ ਹੁੰਦੇ ਹਨ। ਇਹ ਮਹੱਲਾ ਚੜ੍ਹਦੀ ਕਲਾ ਦੇ ਨਾਲ 12 ਵਜੇ ਆਰੰਭ ਹੋਵੇਗਾ, ਜੋ ਕਿ ਅਤਿ ਸਤਿਕਾਰਯੋਗ ਮਾਤਾ ਅਜੀਤ ਕੌਰ ਜੀ ਦੇ ਪਾਵਨ ਅਸਥਾਨਾਂ ਤੋਂ ਵਾਪਸੀ ਹੋਵੇਗੀ। ਉਪਰੰਤ ਚਰਨ ਗੰਗਾ ਸਟੇਡੀਅਮ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਘੋੜ ਦੌੜ ਔਰ ਹੋਰ ਵੀ ਗੱਤਕੇ ਦੇ ਜੌਹਰ ਦਿਖਾਏ ਜਾਣਗੇ, ਜਿਸ ਵਿੱਚ ਇੱਕ ਵਿਸ਼ੇਸ਼ ਤੌਰ ਤੇ 6 ਤੇ 7 ਤਰੀਕ ਨੂੰ ਬੁੱਢਾ ਦਲ ਪੰਥ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਇੱਥੇ ਗੱਤਕੇ ਦੇ ਜੌਹਰ ਵਿਖਾਏ ਜਾਣਗੇ, ਔਰ ਉਹ ਛਾਉਣੀ ਬੁੱਢਾ ਦਲ ਨਵੀਂ ਆਬਾਦੀ ਵਿੱਚ ਹੋਵੇਗਾ, ਉਹਨਾਂ ਵਿੱਚ ਵੀ ਸੰਗਤਾਂ ਬੜੀ ਚੜ੍ਹਦੀ ਕਲਾ ਨਾਲ ਹਾਜ਼ਰੀਆਂ ਭਰਨਗੀਆਂ। ਸੰਗਤ ਜੀ ਆਓ, ਜਿੱਥੇ ਆਪਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਹਨ, ਉੱਥੇ ਤਨ ਮਨ ਧਨ ਰਾਹੀਂ ਸੇਵਾ ਕਰਕੇ ਵੀ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਜਿੱਥੇ ਅਸੀਂ ਹਾਜ਼ਰੀਆਂ ਭਰਨ ਵਾਸਤੇ ਆਉਣਾ ਹੈ ਸੰਗਤ ਜੀ, ਉੱਥੇ ਇਹਨਾਂ ਹੱਥਾਂ ਦੇ ਨਾਲ ਇਸ ਅਸਥਾਨਾਂ 'ਤੇ ਆ ਕੇ ਸੇਵਾ ਵੀ ਨਿਭਾਉਣੀ ਹੈ। ਇਹ ਨਹੀਂ ਕਿ ਅਸੀਂ ਸਿਰਫ ਦੇ ਸਿਰਫ ਨਮਸਕਾਰ ਕਰਨ ਵਾਸਤੇ ਆਏ ਹਾਂ, ਨਹੀਂ, ਅਸੀਂ ਸੰਗਤਾਂ ਦੀ ਸਹੂਲਤ ਦੇ ਨਾਲ ਜਿੱਥੇ ਸੰਗਤਾਂ ਨੂੰ ਜਲ ਦੀ ਲੋੜ ਅਸੀਂ ਜਲ ਵਰਤਾਈਏ, ਜਿੱਥੇ ਲੰਗਰ ਦੀ ਲੋੜ ਉੱਥੇ ਲੰਗਰ ਵਿੱਚ ਸੇਵਾ ਕਰੀਏ, ਜਿੱਥੇ ਸਫਾਈ ਦੀ ਲੋੜ ਉੱਥੇ ਝਾੜੂ ਫੇਰੀਏ। ਸੰਗਤ ਜੀ ਇੱਥੋਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਲੈ ਕੇ ਜਾਈਏ। ਆਪਾਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਧੀਆਂ ਖਵਾ ਸਕਦੇ ਹਾਂ, ਉਹ ਕਿਉਂਕਿ ਇਸ ਪਾਵਨ ਪਵਿੱਤਰ ਅਸਥਾਨ 'ਤੇ 6, 7 ਅਤੇ 8 5 ਤਰੀਕ ਨੂੰ ਐਤਵਾਰ ਹੈ, 3 ਦਿਨ ਅਗਲੇ ਲਗਾਤਾਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਵੇਗਾ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ 12 ਵਜੇ ਤੋਂ ਅੰਮ੍ਰਿਤ ਸੰਚਾਰ ਆਰੰਭ ਹੋ ਗਿਆ। ਦੁਪਹਿਰ ਸਰਬੱਤ ਸੰਗਤਾਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਆਓ ਸੰਗਤ ਜੀ ਰਲ ਮਿਲ ਕੇ ਸਾਰੀਆਂ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨਾਂ 'ਤੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰੂ ਤੋਂ ਲਾਹਾ ਪ੍ਰਾਪਤ ਕਰੀਏ। ਸਾਡੇ ਸਮੁੱਚੇ ਪ੍ਰਬੰਧ ਵੱਲੋਂ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਚਾਵਲਾ।